ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਚੈਨਲ ਦੇ ਵਿੱਚ। ਤਾਂ ਦੇਖੋ ਜੀ, ETT ਨਾਟਸਟਾਰ ਨੇ ਫਾਈਨਲ ਰਿਜ਼ਲਟ ਆਊਟ ਹੋ ਚੁੱਕਿਆ। ਸਿਰਫ ਕੁਝ ਹੀ ਬੱਚੇ ਨੇ ਲਿਸਟ ਵਿੱਚ, ਕਿਹੜੀ ਲਿਸਟ ਵਿੱਚ ਇਹ ਵੀ ਤੁਹਾਨੂੰ ਦੱਸਾਂਗੇ। ਅਤੇ ਜਲਦੀ ਹੋਏਗੀ ਹੁਣ ਭਰਤੀ ਪੂਰੀ, ਬਾਕੀ ਦੀ ਜਾਣਕਾਰੀ ਤੁਹਾਨੂੰ ਦੇਵਾਂਗੇ ਵੀਡੀਓ ਦੇ ਵਿੱਚ। ਤਾਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ, ਕਿਉਂਕਿ ਬੜੀ ਹੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਸੋ ਜਿਨ੍ਹਾਂ ਨੇ ਅਜੇ ਤੱਕ ਆਪਣਾ ਰਿਜ਼ਲਟ ਨਹੀਂ ਦੇਖਿਆ ਤਾਂ ਉਹ PDF ਡਾਊਨਲੋਡ ਕਰਕੇ ਦੇਖ ਸਕਦੇ ਨੇ। ਅਤੇ ਮੈਂ ਤੁਹਾਨੂੰ ਰਿਜ਼ਲਟ ਦੇ ਵਿੱਚ ਵੀ ਦੱਸਾਂਗਾ ਕਿ ਕੁੱਲ ਕਿੰਨੇ ਬੱਚੇ ਆਪਣੇ ਜਿਹੜੇ ਲਿਸਟ ਵਿੱਚ ਸ਼ਾਮਿਲ ਕੀਤੇ ਗਏ ਨੇ। ਤੁਸੀਂ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਅਤੇ ਨੀਚੇ ਕਮੈਂਟ ਕਰਨਾ ਵੀ ਕਦੇ ਨਾ ਭੁੱਲਿਓ, ਕਿਉਂਕਿ ਇਹਦੇ ਨਾਲ ਹੀ ਤੁਹਾਨੂੰ ਬਾਕੀ ਆਡੀਅੰਸ ਦਾ ਪਤਾ ਲੱਗਦਾ ਕਿ ਕਿਹੜੇ ਬੱਚੇ ਕਿੰਨੇ ਕਿੰਨੇ ਪਾਣੀ ਦੇ ਵਿੱਚ ਹੈਗੇ ਨੇ, ਤਰ ਰਹੇ ਨੇ ਜਾਂ ਡੁੱਬ ਰਹੇ ਨੇ। ਤਾਂ ਦੋਸਤੋ, ਤੁਸੀਂ ਦੇਖ ਸਕਦੇ ਹੋ ਆਪਾਂ ਰੋਲ ਨੰਬਰ ਵਾਈਜ਼ ਲਿਸਟ ਓਪਨ ਕਰ ਚੁੱਕਿਆ ETT ਪੇਪਰ 89। ਠੀਕ ਹੈ ਜੀ, ਇੱਧਰ ਤੁਸੀਂ ਸਾਈਡ 'ਤੇ ਦੇਖ ਸਕਦੇ ਹੋ ਆਪਣੇ ਕੋਲ ਟੋਟਲ ਮਾਰਕਸ ਦਿੱਤੇ ਨੇ, ਫਾਦਰ ਨੇਮ, ਡੇਟ ਆਫ ਬਰਥ, ਰੋਲ ਨੰਬਰ, ਨਿਊ ID। ਠੀਕ ਹੈ ਜੀ, ਸਭ ਕੁਝ ਦਿੱਤਾ ਹੈ। ਜੇਕਰ ਤੁਹਾਨੂੰ ਇੱਦਾਂ ਲੱਭਣਾ ਮੁਸ਼ਕਿਲ ਲੱਗਦਾ ਤਾਂ ਤੁਸੀਂ ਇੱਥੇ ਉੱਪਰ ਸਰਚ ਬਟਨ ਬਣਿਆ ਹੈ, ਇਹਦੇ 'ਤੇ ਕਲਿੱਕ ਕਰਕੇ ਫਾਇੰਡ ਕਰ ਸਕਦੇ ਹੋ। ਜਿਵੇਂ ਕਿ ਇੱਥੇ ਮੈਂ ਆਪਾਂ ਕੋਈ ਵੀ ਨੰਬਰ ਵਗੈਰਾ ਭਰਦੇ ਹਾਂ ਜਦੋਂ, ਅਤੇ ਠੀਕ ਹੈ ਜੀ 24, ਤਾਂ ਦੇਖੋ ਜੀ ਉਹਦੇ ਨਾਲ ਦੇ ਸਾਰੇ ਰਿਜ਼ਲਟ ਇੱਥੇ ਸ਼ੋ ਹੋ ਜਾਣਗੇ ਜਿੰਨੇ ਵੀ ਹੈਗੇ ਆ। ਠੀਕ ਹੈ ਜੀ, ਸੋ ਹੁਣ ਆਪਾਂ ਗੱਲ ਕਰਦੇ ਹਾਂ ਪਾਸਿੰਗ ਮਾਰਕਸ। ਦੋਸਤੋ, ਸਾਰਿਆਂ ਨੂੰ ਪਤਾ ਹੈ ਕਿ 50% ਪਾਸਿੰਗ ਮਾਰਕਸ ਸੀਗੇ, ਪਰ ਤਕਰੀਬਨ ਇੱਥੇ ਸਾਰੇ ਹੀ ਪਾਸ ਨੇ। ਬਹੁਤ ਹੀ ਘੱਟ ਬੱਚੇ ਨੇ ਜਾਂ ਮੇਰੇ ਖਿਆਲ 'ਚ ਨਾ ਮਾਤਰ ਬੱਚੇ ਨੇ ਜਿਹੜੇ ਫੇਲ ਵਾਲੀ ਲਿਸਟ ਵਿੱਚ ਸ਼ਾਮਿਲ ਨੇ। ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਸ਼ੁਰੂ ਦੇ ਵਿੱਚ ਲਿਸਟ ਵਿੱਚ ਸ਼ਾਮਿਲ ਨੇ, ਉਹ ਫੇਲ ਵਾਲੇ ਨੇ, ਬਹੁਤ ਹੀ ਘੱਟ ਬੱਚੇ ਨੇ ਜਿਹੜੇ ਕਿ ਲਿਸਟ ਵਿੱਚ ਸ਼ਾਮਿਲ ਨੇ। ਆਪਾਂ ਜੇਕਰ ਟੋਟਲ ਗੱਲ ਕਰੀਏ, ਆਪਣੇ ਕੋਲ 619 ਪੇਜਸ ਨੇ। ਠੀਕ ਹੈ ਜੀ, 619 ਪੇਜਸ ਲਓ, ਬਹੁਤ ਟਾਈਮ ਲੱਗ ਜਾਏਗਾ ਦੋਸਤੋ। 619 ਪੇਜਸ ਨੇ, ਹਰ ਪੇਜ 'ਤੇ 32 ਨੇਮ ਨੇ, ਗੁਣਾ 619 ਤੁਸੀਂ ਕਰ ਸਕਦੇ ਹੋ। ਠੀਕ ਹੈ ਜੀ, ਮੇਰੇ ਕੋਲ ਹੁਣ ਇੰਨਾ ਟਾਈਮ ਨਹੀਂ। ਤਾਂ ਦੇਖੋ ਜੀ, ਕੁੱਲ ਆਪਣੇ ਕੋਲ ਬੱਚੇ ਹੈਗੇ ਨੇ, ਆਹ ਸੀਰੀਅਲ ਨੰਬਰ 19807। ਠੀਕ ਹੈ ਜੀ, ਆਹ ਸੀਰੀਅਲ ਨੰਬਰ ਹੈ, 19807 ਬੱਚੇ ਨੇ ਜਿਹੜੇ ਪੇਪਰ ਦੇ ਵਿੱਚ ਬੈਠੇ ਸੀਗੇ। ਠੀਕ ਹੈ ਜੀ, ਹੁਣ ਇਹਨਾਂ ਵਿੱਚੋਂ ਜਿਨ੍ਹਾਂ ਦੇ ਅੱਗੇ ਏ ਲੱਗਿਆ, ਇਹ ਤਾਂ ਨੇ ਐਬਸੈਂਟ ਵਾਲੇ। ਠੀਕ ਹੈ ਜੀ, ਇਹ ਐਬਸੈਂਟ ਵਾਲੇ ਨੇ, ਇਹਨਾਂ ਨੂੰ ਬਾਹਰ ਕੱਢ ਦਿਓ। ਬਾਕੀ ਜਿਹੜੇ ਬੱਚੇ ਬੱਚੇ ਨੇ ਉਹਨਾਂ ਨੇ ਪੇਪਰ ਦਿੱਤਾ ਅਤੇ ਤਕਰੀਬਨ ਸਾਰੇ ਹੀ ਪਾਸ ਨੇ। ਸੋ ਇਹ ਸੀਗੀ ਅੱਜ ਦੀ ਫਾਈਨਲ ਰਿਜ਼ਲਟ ਲਿਸਟ ਪੇਪਰ ਏ ਦੀ। ਸੋ ਹੁਣ ਗੱਲ ਕਰਦੇ ਹਾਂ ਭਰਤੀ ਪੂਰੀ ਹੋਣ ਬਾਰੇ। ਤਾਂ ਦੋਸਤੋ, ਜਲਦੀ ਭਰਤੀ ਪੂਰੀ ਹੋ ਗਈ, ਕਿਉਂਕਿ ਪੇਪਰ ਏ ਦੇ ਰਿਜ਼ਲਟ ਦੀ ਵੇਟ ਕੀਤੀ ਜਾ ਰਹੀ ਸੀ, ਉਹ ਅੱਜ ਦੇ ਦਿੱਤਾ ਗਿਆ। ਹੁਣ ਅੱਗੇ ਤਾਂ ਪ੍ਰੋਸੈਸ ਜਾਰੀ ਕੀਤਾ ਜਾਏਗਾ, ਜਲਦੀ ਜਲਦ ਭਰਤੀ ਪੂਰੀ ਕਰਨ ਦੇ ਚਾਂਸ ਪੂਰੇ ਪੂਰੇ ਨੇ। ਸੋ ਦੋਸਤੋ, ਆਪਣਾ ਲੱਕ 'ਤੇ ਪੂਰਾ ਯਕੀਨ ਕਰੋ, ਕਿਉਂਕਿ ਮੈਂ ਤਾਂ ਹਮੇਸ਼ਾ ਹੀ ਕਰਦਾ ਹਾਂ। ਸੋ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ, ਅਤੇ ਧੰਨਵਾਦ ਵੀਡੀਓ ਨੂੰ ਲਾਸਟ ਤੱਕ ਦੇਖਣ ਦੇ ਲਈ। ਹੋਰ ਅਪਡੇਟ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ।